ਮੈਂ ਕਿਹਾ ਖਾ ਖਾ ਕੇ ਬਰਗਰ ਤੇ ਹੁਣ ਦਵਾਈਆਂ ਦਵਾਉਣ ਵਾਲੇ ਪਾਸੇ ਤੁਰ ਪੋ ਹੈ ਨਹੀਂ ਮੁੜੀ ਤੁਹਾਡੀ ਮਨ ਜੀ ਨੀ ਹੈਗੀ ਫਿਰ ਬੰਦਾ ਕਦੇ ਵੀ ਗਈ ਮੇਰੀ ਕਿੰਨੇ ਮੰਨਣੀ ਹੈ ਕਿਉਂ ਤੁਹਾਡੀ ਗਣੀ ਮੰਨਣੀ ਬਰਗਰ ਖਵਾਲ ਖਵਾਲ ਕੇ ਸੱਚੀ ਬਿਮਾਰ ਕਰ ਦੇਣਾ ਵਾ ਸੱਚੀ ਕਰ ਦੇ ਚੱਕਰਾ ਜਾਓ ਮੈਂ ਨਹੀਂ ਹੁਣ ਖਾਇਆ ਕਰਨੀ ਇਹੋ ਜਿਹੀ ਵੀਡੀਓ ਨਹੀਂ ਬਣਾਇਆ ਕਰਨੀ ਮੈਂ ਕਹਣਾ ਹੁਣੇ ਉਹਦੇ ਸੀ ਫੋਟੋ ਵਾ ਕੇ ਉਹ ਵੀ ਖਾ ਕੇ ਸਹੀ ਆ ਗਲਤ ਗੱਲ ਵਾ ਗਲਤ ਨਹੀਂ ਖਾਣੇ ਚਾਹੀਦੇ ਵੀਡੀਓ ਕਰਕੇ ਖਾਣਾ ਪੈਂਦਾ ਮੈਂ ਬੜਾ ਪ੍ਰੇਜ ਕਰਦੀ ਫਿਰ ਆ ਵੀਡੀਓ ਕਰਕੇ ਹੁਣ ਮੈਨੂੰ ਜਿੰਨੇ ਸਾਰੇ ਜਵਗੀਨ ਖਾਦੇ ਆ ਵੀਡੀਓ ਖਾ ਲਈਏ ਮੈਂ ਬਹੁਤ ਪ੍ਰੇਜ ਕਰਦੀ ਆ ਪਰ ਬਰਗਰ ਕੀ ਉਹ ਫਿਰ ਪ੍ਰਸ਼ਾ ਕੜਾ ਪ੍ਰਸ਼ਾ ਜਿਹੜਾ ਉਹ ਦਿਨ ਬਣਾਇਆ ਸੀ ਉਹ ਚਲ ਕੜਾ ਤੇ ਨਾਰਮਲ ਗੱਲ ਉਹ ਤੇ ਘਰ ਬਣਾਉਂਦੇ ਰਹੀਦਾ ਬੱਚਿਆਂ ਕਰਕੇ ਨਿੱਕੀ ਕਰਦੇ ਸੀ ਜਿੱਦੀ ਗੱਲ ਹੋਰ ਹੁੰਦੀ ਹੈ ਜਿਹੜੀ ਬਿਮਾਰੀ ਹੁੰਦੀ ਹੈ ਨਾ ਮੈਂ ਕਿਹਾ ਗਾਂ ਨੂੰ ਕਹਿੰਦੇ ਕਿ ਪ੍ਰੇਜ ਕਰਨੀ ਵੀਡੀਓ ਨਹੀਂ ਬਣਾਉਣੀ ਵਿਗਾੜ ਦੇਣਾ ਮੇਰਾ ਸਰੀਰ ਡਰ ਗਈ ਆ ਡਰ ਗਈ ਜੀ ਤਾਂ ਜੀ ਤਾਂ ਡਰ ਗਈ ਜੀ ਤਾਂ ਨਹੀਂ ਅੱਗੇ ਕਹਾ ਅੱਗੇ ਦਬਾ ਕੇ ਮੈਂ ਵੀਡੀਓ ਨਾ ਬਣਾਉਣੀ ਮਨਜ਼ੂਰ ਆ ਪਰ ਮੈਂ ਖਾਣਾ ਨਹੀਂ ਕਰਦੀ ਨਹੀਂ ਬੜੀ ਤਗੜੀ ਸਿੱਖਿਆ ਦੇਣ ਦੀ ਜੀ ਤਾਂ ਵੀਡੀਓ ਬਣਾ ਕੇ ਪਰ ਵੀ ਗਲਤ ਗੱਲ ਤੁਹਾਡੀ ਵੀ ਹੈ ਨਾ ਨਹੀਂ ਜੇ ਤੁਹਾਨੂੰ ਵੀਡੀਓ ਜੇ ਦਿੰਦੇ ਵੀ ਖਾਣ ਨੂੰ ਬਰਗਰ ਜ਼ਰੂਰੀ ਤੁਸੀਂ ਸਾਰੇ ਦਿਨ ਵੜੇ ਬਸ ਕਰਿਆ ਕਰੋ ਤੁਸੀਂ ਕਮੇਟੀ ਫਿਰ ਤੁਸੀਂ ਆਂਦੇ ਆ ਵੀ ਸਾਰਾ ਛੇਤੀ ਛੇਤੀ ਕਾ ਸੀਨ ਬਣਾਉਣਾ ਮੈਂ ਕੀ ਕਰਾਂ ਮੈਂ ਅੱਜ ਤੇ ਮੈਂ ਨਹੀਂ ਕਿਹਾ ਅੱਜ ਤੇ ਦੋ ਦਿਨ ਨਾਲੇ ਫਿਰ ਜੇ ਹੁਣ ਸਾਹਮਣੇ ਚੀਜ਼ ਪਈ ਹੋਇਆ ਬਦੋ ਵਧੀ ਆਂਦੇ ਹੁੰਦੇ ਮਨ ਡੋਲ ਜਾਂਦਾ ਬਸ ਚਸਕਾ ਦੇ ਜਿਹੜਾ ਇਹੋ ਜਿਹੇ ਜ਼ਬਾਨ ਦੇ ਚਸਕ ਮੈਂ ਤਾਂ ਹੀ ਤੇ ਖਾਂਦੀ ਨਹੀਂ ਆ ਵੀ ਚਸਕਾ ਨਹੀਂ ਲਾਉਣਾ ਜੀਭ ਨੂੰ ਨਹੀਂ ਤੇ ਚਸਕਾ ਲੱਗ ਜੇ ਮਾੜਾ ਮੈਂ ਹੁਣ ਸਾਰਾ ਕੁਝ ਬੰਦ ਕੀਤਾ ਆ ਸਾਰਾ ਕੁਝ ਨਾ ਮੈਂ ਹੁਣ ਕੋਈ ਮਤਲਬ ਕਿ ਚਾਹ ਤੇ ਮੈਂ ਵੈਸੇ ਛੱਡ ਦਿੰਦੀ ਤੇ ਜੇ ਹੁਣ ਇਹ ਆਖਣਗੇ ਵੀ ਸੀਨ ਬਣਾਉਣਾ ਵੇ ਇੱਕ ਟੱਕੀ ਵੱਢ ਕੇ ਤੇ ਬਾਕੀ ਛੱਡ ਦੇ ਉਹ ਫਿਰ ਛੱਡਾ ਥੋੜੀ ਹਾਂ ਜਿਨ੍ਹਾਂ ਨੇ ਸਾਰੇ ਨੇ ਆਈਸਕ੍ਰੀਮ ਖਾਦੀ ਮੈਂ ਨਹੀਂ ਖਾਦੀ ਜੇ ਮੈਂ ਤਾਂ ਤਿੰਨ ਆਈਸਕ੍ਰੀਮ ਭਾਈ ਜੀ ਸਭਾ ਵੀ ਹੋ ਜੋ ਤਿਆਰ ਮੈਂ ਦਵਾਈ ਕਰੋ ਲੈ ਦਈ ਆ ਦਵਾਈ ਕਰੋ ਲੈ ਦਈ ਆ ਕਰਕੇ ਅੰਦਰ ਵੜ ਜਾ ਦੋਵੇਂ ਨੇ ਝਾਕਾ ਜਿਹਾ ਲੱਗਣਾ ਪਹਿਲੀ ਵਾਰੀ ਸੀਨ ਕਰਨ ਲੱਗੇ ਨਾ ਮੈਂ ਪਹਿਲਾਂ ਲਫਾਫਾ ਫੜ ਲਓ ਹੈ ਨਾ ਝਾਕਾ ਜਿਹਾ ਲੱਗਣਾ ਨਾ ਨਹੀਂ ਨਹੀਂ ਬਾਹਰ ਸੀਨ ਕਰਨ ਲੱਗੇ ਹੁਣ ਨਹੀਂ ਲੱਗਦਾ ਝਾਕਾ ਉਹਨਾਂ ਨੇ ਜਿੱਤ ਲੈਣਾ ਨਹੀਂ ਜਿੱਤਾਂ ਲਲਕਾਰਾ ਮਾਰ ਕੇ ਸੀਨ ਕਰਨਾ ਲਲਕਾਰਾ ਨਹੀਂ ਹਾਏ 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 ਚੱਲ ਸੋਨਾ ਸੋਨਾ ਕੋਪ ਸਪਲੈਂਡਰ ਆ ਗਿਆ ਪਹਿਲਾਂ ਬੜਾ ਝਾਕਾ ਲੱਗਦਾ ਹੁੰਦਾ ਸੀ ਹੁਣ ਨਹੀਂ ਲੱਗਦਾ ਹੁਣ ਨਹੀਂ ਹੁਣ ਅੱਜ ਤੋਂ ਕੀ ਨਾ ਰੋਜ਼ ਦੀ ਚਲੋ ਵੀਰ ਜੀ ਮੋਟਰਸਾਈਕਲ ਚਾਬੀ ਲੈਣ ਗਏ ਪਤਾ ਨਹੀਂ ਕਿਹਦਾ ਮੋਟਰਸਾਈਕਲ ਕੋ ਦਵਾਈ ਲੈਣ ਆਇਆ ਭਾਵੇਂ ਬੀਬੀ ਨਾਰਮਲ ਹੀ ਦੀਦੀ ਦਾ ਨਹੀਂ ਬੀਬੀ ਓਦਾਂ ਨਾਰਮਲ ਹੀ ਆ ਸੱਚੀ ਬਣਾ ਰਹੇ ਹੋ ਮੈਂ ਕਿਹਾ ਸੱਚੀ ਬੀਬੀ ਨਾਰਮਲ ਹੀ ਆ ਓਦਾਂ ਵਧਾਤਾ ਇੱਕ ਸੱਚੀ ਕਰ ਦਿੱਤਾ ਸਾਡੇ ਸੋਨੂੰ ਭਾਣ ਓਦਾਂ ਫਿਕਰ ਹੋ ਜਾਣੀ ਸੀ ਉਹ ਭਾਜੀ ਤੁਸੀਂ ਦਵਾਈ ਵਾਪਸ ਲੈ ਆਇਓ ਦਵਾਈ ਦਾ ਵੀ ਲਾਲਚ ਕੱਢਣ ਦੇ ਚੰਗੀ ਭਲੀ ਆ ਤੁਹਾਡੀ ਇਧਰ ਆਓ ਭਾਜੀ ਆਏ ਆ ਤੇ ਚਲੋ ਕੋਈ ਗੱਲ ਨੀ ਜੀ ਤਾਂ ਭਾਬੀ ਵੇਖਿਆ ਜੇ
ਮੈਂ ਸਮਝਦੀ ਨਹੀਂ ਸੀ ਕਿ ਤੁਹਾਨੂੰ ਇਹ ਜਨਾਈ ਸਾ ਕਹਿੰਦਾ ਦਾਰੂ ਦੂਨ ਲਾਹੌਰ ਨਹੀਂ ਕਰਦੇ ਤੇ ਕਿਹੜਾ ਹੀ ਪੀਣੀ ਮਾਂ ਮੇਰੀ ਅੱਖਾਂ ਠੀਕ ਹੋਈਆਂ ਫਰੀ ਦੇ ਚੱਕਰਾਂ ਚ ਮੈਂ ਆਪਣੇ ਲੋਕ ਨੂੰ ਆਪਣੇ ਆਪ ਨੂੰ ਸੱਚੀ ਗੱਲ ਜਾਂ ਫਰੀ ਦੇ ਚੱਕਰਾਂ ਵੀ ਨੂੰ ਦੇਖਣਾ ਵੀ ਆਪੇ ਡਾਕਟਰ ਆਪੇ ਲੈਫਟ ਕਿਨਸ ਨਹੀਂ ਬਹੁਤ ਚਲਾਕ ਮੈਂ ਚੰਗੀ ਭਲੀ ਨੂੰ ਹੋਣਾ ਬਾਅਦ ਚ ਮਲੇਰੀਆ ਨਿਕਲ ਆਏ ਸ਼ੁਭ ਸ਼ੁਭ ਕੀ ਬੋਲਣਾ ਕੋਈ ਪਤਾ ਹੁੰਦਾ ਸਾਰੀਆਂ ਦਵਾਈਆਂ ਮੌਜੂਦ ਆ ਦਵਾਈਆਂ ਡਾਕਟਰ ਦੀ ਦੁਕਾਨ ਦੇ ਖਾਬ ਬੈਗ ਪੁੱਛਣੇ ਵੀ ਕੀ ਖਾਓ ਪੀਓਗੇ ਹੈ ਦਸ ਡਾਕਟਰ ਦੀ ਦੁਕਾਨ ਤੇ ਨਹੀਂ ਪਹੁੰਚ ਸਕਦੇ ਉਦਾਂ ਹੀ ਦਵਾਈ ਸਹੀ ਗੱਲ ਕੈਲਸ਼ੀਅਮ ਮੈਂ ਹੈਗੀਆਂ ਮੱਝਾਂ ਵਾਲਾ ਮੱਝਾਂ ਵਾਲੀ ਕੈਲਸ਼ੀਅਮ ਗਰਮੀਆਂ ਚ ਆਲ ਆਊਟ ਦੀ ਲੋੜ ਤੇ ਹੁੰਦੀ ਹੈ ਕਿ ਮੱਝਾਂ ਨੂੰ ਦਿੰਦੇ ਹੁੰਦੇ ਸੀ ਕਿ ਤਾਂ ਕਿ ਐਦਾਂ ਹੀ ਜਦੋਂ ਦਵਾਈ ਲੈਣ ਜਾਂਦੇ ਹੁੰਦੇ ਨਾ ਉਹਨਾਂ ਨੂੰ ਦਵਾਈ ਕੌੜੀ ਦੇਣੀ ਹੈ ਨਾ ਯਾਖਣਾ ਅਸੀਂ ਜਾਂ ਟੀਕਾ ਲਵਾ ਡਾਕਟਰਾਂ ਨੇ ਟੀਕਾ ਲਵਾ ਸਹੀ ਗੱਲ ਆ ਹੁਣ ਨਹੀਂ ਮਿਲਦੀਆਂ ਉਹ ਚੀਜ਼ਾਂ ਨਾ ਅੱਗੇ ਮਿੱਠੀ ਜੀ ਨੂੰ ਤਰਸੀ ਤੇ ਅਸੀਂ ਤਾਂ ਕਰਕੇ ਹੁਣ ਤੇ ਬਥੇਰੀਆਂ ਚੀਜ਼ਾਂ ਖਾ ਕੇ ਗਾਣੇ ਆ ਪ੍ਰਸਾਦ ਨਹੀਂ ਹੈਗਾ ਦਵਾਈ ਤੋਂ ਬਾਅਦ ਮਿੱਠੀ ਗੋਲੀ ਸਾਡੀ ਦੁਕਾਨ ਤੇ ਪੈਨ ਤੇ ਕਾਪੀ ਸਾਨੂੰ ਗਿਫਟ ਦਿੱਤੇ ਚਲੋ ਕਰੋ ਜੀ ਬਸ ਇਹਦਾ ਰਿਪੋਰਟਾਂ ਕੁਛ ਨੀ ਫੜ ਲਿਓ ਉਧਰੋਂ ਸਾਨੂੰ ਚੰਗਾ ਭਲਾ ਪਤਾ ਸੀ ਦਵਾਈ ਪਹਿਲਾਂ ਵੀ ਪੱਤੇ ਪੁੱਤੇ ਖਾਂਦੀ ਰਹਿੰਦੀ ਆ ਤਰੇ ਕਦੇ ਮਰੂਦਾਂ ਦੇ ਪੱਤੇ ਕਦੇ ਇਹ ਨੀ ਗਿਆ ਕਿ ਦਵਾਈਆਂ ਦੇ ਪੱਤੇ ਪਹਿਲਾਂ ਵੀ ਪੱਤੇ ਪੁੱਤੇ ਖਾਂਦੀ ਰਹਿੰਦੀ ਆ ਕੋਈ ਨੀ ਚਾਰਜ ਲਾਈ ਕੋਈ ਗੱਲ ਮੈਂ ਵੀ ਹੈਰਾਨ ਬੜੀ ਹੁੰਦੀ ਸੀ ਕਿ ਆਈ
ਕਿ ਲਿਖਦੇ ਤੇ ਅੱਧਾ ਕਿ ਬਾਕੀ ਤੇ ਲੀਕ ਵੱਜੀ ਹੁੰਦੀ ਆ ਪਰ ਹੁਣ ਸਮਝ ਲੱਗ ਗਈ ਕਿ ਕੋਡ ਵਰਡ ਰੱਖੇ ਇਹਨਾਂ ਨੇ ਪੰਜਾਬ ਦੇ ਮੈਡੀਸਨ ਦਾ ਪਹਿਲੇ ਅੱਖਰ ਹੀ ਰੱਖੇ ਲਿਖਦੇ ਆ ਨਾ ਭਾਜੀ ਇਦਾਂ ਹੀ ਆ ਨਾ ਬਿਲਕੁਲ ਜੀ ਬਿਲਕੁਲ ਨਹੀਂ ਜਿਹਨੂੰ ਤੁਹਾਨੂੰ ਪਤਾ ਵਾ ਕਿ ਆਪਾਂ ਦਵਾਈ ਲੈਣ ਚੱਲੇ ਲੈ ਕੇ ਨੀ ਆਏ ਦਵਾਈ ਜ਼ਿਆਦਾ ਤਾਂ ਦਵਾਈ ਲਈ ਫੇਰ ਵਾ ਤੁਸੀਂ ਆਪਣਾ ਪਰਸ ਵੀ ਨੀ ਲੈ ਗਿਆ ਕਿੰਨੀਆਂ ਚੰਗੀਆਂ ਹੱਸੇ ਹੁੰਦੇ ਫਿਰ ਠੀਕ ਆ ਦਿਲ ਚ ਦੋ ਬਣਾ ਦਿੰਦੇ ਹਨ ਚਲੋ ਵਧੀਆ ਫਿਰ ਤੇ ਵਧੀਆ ਸਗੋਂ ਮਿਹਨਤ ਕਰੋ ਮਿਹਨਤ ਕਰੋ ਬਾਕੀ ਅਸੀਂ ਤੁਹਾਡੇ ਨਾਲ ਨਾ ਠੀਕ ਆ ਚਲੀ ਯਾਰ ਹਾਂਜੀ ਚਲੋ ਥੈਂਕ ਯੂ ਭਾਜੀ ਓਕੇ ਜੀ ਵਧੀਆ ਜ਼ਿੰਦਗੀ ਤੇ ਬਹੁਤ ਥੈਂਕ ਯੂ ਭਾਈ ਨੂੰ ਐਕਸਪੈਂਡ ਕਰ ਪਾਪਾ ਹਾਂ ਇੱਥੇ ਉਤਰ ਕੇ ਕੀ ਹੈ ਇੱਥੇ ਉਤਰ ਕੇ ਵੇਖਣ ਦੇ ਹਰੀ ਤੇ ਉਤਰ ਆਏ ਠੀਕ ਆ ਆ ਜਾ ਵੀ ਕੋ ਕਸਰਾ ਚਲ ਠੀਕ ਆ ਉਹ ਸਾਹਮਣੇ ਆਉਣ ਡਿਆ ਵਾ ਠੀਕ ਆ ਇੱਧਰ ਆ ਜਾਓ ਤੁਸੀਂ ਇੱਧਰ ਆ ਜਾਓ ਇੱਥੇ ਖੜੋ ਕੇ ਵੇਖਣ ਸਾਹਮਣੇ ਨਿਊਡ ਬਰਗਰ ਆ ਟਿੱਕੀ ਆ ਜਾ ਵੀ ਕੋ ਕਸਰ ਰਹੀ ਨਹੀਂ ਆ ਦੀਦੀ ਤੁਸੀਂ ਚੁੱਪ ਕਰ ਬੋਲੀ ਤੂੰ ਹੀ ਮਾਇਕ ਤੇਰੇ ਕੋਲ ਇੱਕੋ ਮਾਇਕ ਵੀਰ ਤੁਸੀਂ ਬਾਹਰੋਂ ਆਓ ਨਾ ਪਾਪੀ ਤੁਸੀਂ ਥੱਲੇ ਲਈ ਪੌੜੀ ਜਾ ਰਹੀ ਭਾਬੀ ਤਾਂ ਪਹਿਲਾਂ ਬਾਹਰ ਆ ਗਈ ਆ ਮੈਂ ਉਧਰ ਦੇਖਣ ਦੇ ਠੀਕ ਆ 1 2 3